ਲੋਕਾਂ ਦੇ ਲਈ ਪਾਂ ਦੇ ਡੰਗ ਸਰਦਾਰ ਤੇ ਸਭ ਬਾਦਸ਼ਾਹ ਮਸੀਹ ਤੇ ਰੱਬ ਦੀ ਜ਼ਿੱਦ ਦੇ ਵਿੱਚ ਕਿਉਂ ਕਰਦੇ ਹੈ ਸਲਾਹ ਲੋਕਾਂ ਦੇ ਲਈ ਪਾਂ ਦੇ ਡੰਡ ਰਲ ਕੇ ਕਹਿੰਦੇ ਆਓ ਬੰਦ ਉਹਨਾਂ ਦੇ ਖੋਲਾਂਗੇ ਉਰਲ ਕੇ ਕਹਿੰਦੇ ਆਓ ਬੰਦ ਉਹਨਾਂ ਦੇ ਖੋਲਾਂਗੇ ਉਹਨਾਂ ਦੇ ਰੱਸੇ ਆਪਣੇ ਤੋਂ ਤਰੋੜ ਕੇ ਸੁੱਟਾਂਗੇ ਉਹਨਾਂ ਦੇ ਰੱਸੇ ਆਪਣੇ ਤੋਂ ਤਰੋੜ ਕੇ ਸੁੱਟਾਂਗੇ ਲੋਕਾਂ ਦੇ ਲਈ ਪਾਂ ਦੇ ਡੰਡ ਸਰਦਾਰ ਤੇ ਸਭ ਬਾਦਸ਼ਾਹ ਮਸੀਹ ਤੇ ਰੱਬ ਦੀ ਜ਼ਿੱਦ ਦੇ ਵਿੱਚ ਕਿਉਂ ਕਰਦੇ ਹੈ ਸਲਾਹ ਅਸਮਾਨ ਤੇ ਜੋ ਬੈਠਾ ਹੈ ਉਹਨਾਂ ਤੇ ਹੱਸੇਗਾ ਅਸਮਾਨ ਤੇ ਜੋ ਬੈਠਾ ਹੈ ਉਹਨਾਂ ਤੇ ਹੱਸੇਗਾ ਰੱਬ ਉਹਨਾਂ ਨੂੰ ਮਖੌਲ ਨਾਲ ਹੁਣ ਆਪ ਉਡਾਵੇਗਾ ਰੱਬ ਉਹਨਾਂ ਨੂੰ ਮਖੌਲ ਨਾਲ ਹੁਣ ਆਪ ਉਡਾਵੇਗਾ ਲੋਕਾਂ ਦੇ ਲਈ ਪਾਂ ਦੇ ਡੰਡ ਸਰਦਾਰ ਤੇ ਸਭ ਬਾਦਸ਼ਾਹ ਮਸੀਹ ਤੇ ਰੱਬ ਦੀ ਜ਼ਿੱਦ ਦੇ ਵਿੱਚ ਕਿਉਂ ਕਰਦੇ ਹੈ ਸਲਾਹ ਕਦ ਗੁੱਸੇ ਹੋ ਕੇ ਉਹਨਾਂ ਨੂੰ ਕਰੇਗਾ ਪਰੇਸ਼ਾਨ ਕਦ ਗੁੱਸੇ ਹੋ ਕੇ ਉਹਨਾਂ ਨੂੰ ਕਰੇਗਾ ਪਰੇਸ਼ਾਨ ਤੇ ਗੁੱਸੇ ਦੇ ਵਿੱਚ ਉਹਨਾਂ ਨੂੰ ਇਹ ਕਰੇਗਾ ਫਰਮਾਨ ਤੇ ਗੁੱਸੇ ਦੇ ਵਿੱਚ ਉਹਨਾਂ ਨੂੰ ਕਰੇਗਾ ਫਰਮਾਨ ਲੋਕਾਂ ਦੇ ਲਈ ਪਾਂ ਦੇ ਡੰਡ ਸਰਦਾਰ ਤੇ ਸਭ ਬਾਦਸ਼ਾਹ ਮਸੀਹ ਤੇ ਰੱਬ ਦੀ ਜ਼ਿੱਦ ਦੇ ਵਿੱਚ ਕਿਉਂ ਕਰਦੇ ਹੈ ਸਲਾਹ ਦੇ ਪਾਕ ਪਹਾੜ ਤੇ ਮੈਂ ਬਿਠਾਇਆ ਆਪਣਾ ਸ਼ਾਹ ਸਹੂੰ ਦੇ ਪਾਕ ਪਹਾੜ ਤੇ ਮੈਂ ਬਿਠਾਇਆ ਆਪਣਾ ਸ਼ਾਹ ਯਹੋਵਾ ਦਾ ਫਰਮਾਨ ਜੋ ਹੈ ਮੈਂ ਉਹ ਸੁਣਾਵਾਂਗਾ ਯਹੋਵਾ ਦਾ ਫਰਮਾਨ ਜੋ ਹੈ ਮੈਂ ਉਹ ਸੁਣਾਵਾਂਗਾ ਲੋਕਾਂ ਦੇ ਲਈ ਪਾਂ ਦੇ ਡੰਡ ਸਰਦਾਰ ਤੇ ਸਭ ਬਾਦਸ਼ਾਹ ਮਸੀਹ ਤੇ ਰੱਬ ਦੀ ਜ਼ਿੱਦ ਦੇ ਵਿੱਚ ਕਿਉਂ ਕਰਦੇ ਹੈ ਸਲਾਹ
ਲੋਕਾਂ ਦੇ ਲਈ ਪਾਉਂਦੇ ਡੰਡ, ਕਾਦੇ ਲਈ ਪਾਉਂਦੇ ਡੰਡ, ਸਰਦਾਰ ਤੇ ਸਭ ਬਾਦਸ਼ਾਹ, ਸਰਦਾਰ ਤੇ ਸਭ ਬਾਦਸ਼ਾਹ, ਮਸੀਹ ਤੇ ਰੱਬ ਦੀ ਜ਼ਿੱਦ ਦੇ ਵਿੱਚ ਕਿਉਂ ਕਰਦੇ ਹੈ ਸਲਾਹ, ਲੋਕਾਂ ਦੇ ਲਈ ਪਾਉਂਦੇ ਡੰਡ।